स्टूडेंट्स भी दियां बहुत सारी क्वेरीज है गया, क्योंकि स्टूडेंट्स जिहड़ा है एक अपनी लाइफ नू एक करियर नू बनाउन जा रहा हुंदा है ते उसे नाल जुड़े हुंदे है जी उसे पेरेंट्स भी। बच्चे चले जाते हैं पर माँ बाप जो अपने प्यारे बच्चों को भेज देते हैं तो अक्सर ही दिल के भी ख्याल आता कि असं कदों बच्चों को मिलन जा सकते हैं। तो एक खास मुश्किल जी है हरदीप सिंह जी, वो मैं देखी है कि पेरेंट्स को इतनी जानकारी नहीं होती, फिर डॉक्यूमेंटेशन की चिंता हो जाती है, उन्होंने विजिटर वीजा रिफ्यूज हो जाते हैं, सुपर वीजा के लिए फिर कई कंसल्टेंट का दरवाजा खटखटाया जाता है, पर उत्थे भी परेशानी आती है। वाइट रॉक इमीग्रेशन ਕਿਵੇਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈਂਦੀ ਹੈ, ਜਾਂ ਅਸੀਂ ਕਹੀਏ ਕਿ ਕਿਸ ਤਰੀਕੇ ਦੇ ਨਾਲ ਸੁਪਰ ਵੀਜ਼ਾ ਦਵਾਉਣ ਦੇ ਵਿੱਚ ਆਪਾਂ ਕਹੀਏ ਕਿ ਵਾਈਟ ਰੌਕ ਇਮੀਗ੍ਰੇਸ਼ਨ ਤੁਹਾਡੀ ਜਿਹੜੀ ਟੀਮ ਹੈ ਉਹ ਮਦਦ ਕਰਦੀ ਹੈ। ਮਨਦੀਪ ਜੀ, ਜੋ ਸਾਡੇ ਕੋਲੇ ਬੱਚੇ ਜਾਂਦੇ ਨੇ ਉਹ ਅਸੀਂ ਸਾਡਾ ਤਜਰਬਾ ਤੇ ਸਾਡੇ ਬੱਚਿਆਂ ਦਾ ਐਕਸਪੀਰੀਅੰਸ ਹੈ ਕਿ ਉਹ ਕੱਲਾ ਸਟੱਡੀ ਫਾਈਨ ਨਹੀਂ ਲਵਾਉਂਦੇ, ਉੱਥੇ ਜਾ ਕੇ ਉਹਨਾਂ ਨੂੰ ਜਦੋਂ ਉਹਨਾਂ ਨੇ ਵਰਕ ਪਰਮਿਟ ਐਕਸਟੈਂਸ਼ਨ ਲੈਣੀ ਹੁੰਦੀ ਹੈ ਉਹ ਵੀ ਸਾਡੇ ਕੋਲੇ ਪ੍ਰੋਸੀਡਿੰਗ ਹੁੰਦੀ ਆ, ਜਦੋਂ ਉਹਨਾਂ ਦੇ ਪੇਰੈਂਟਸ ਆਨੇ ਵਿਜ਼ਟਰ ਵੀਜ਼ੇ ਲੈਣੇ ਹੁੰਦੇ ਨੇ ਉਹ ਵੀ ਸਾਡੇ ਕੋਲੇ ਪ੍ਰੋਸੀਡਿੰਗ ਹੁੰਦੀ ਆ, ਜੇਕਰ ਉਹਨਾਂ ਦੇ ਸਪਾਊਸ ਵੀਜ਼ੇ ਹੈਗੇ ਨੇ ਤਾਂ ਉਹ ਵੀ ਸਾਡੇ ਕੋਲੇ ਪ੍ਰੋਸੀਡਿੰਗ ਹੁੰਦੀ ਆ, ਈਵਨ ਕਿ ਅਪ ਟੂ ਪੀਆਰ ਜਿਹੜੇ ਉਹ ਬੱਚੇ ਆ ਉਹ ਸਾਡੇ ਨਾਲ ਕਨੈਕਟਡ ਰਹਿੰਦੇ ਨੇ, ਕਿਉਂਕਿ ਸਾਡੀ ਜੋ ਸਪੈਸ਼ਲਾਈਜੇਸ਼ਨ ਆ ਉਹ ਫੈਮਿਲੀ ਪੀਆਰ ਦੇ ਵਿੱਚ ਪ੍ਰਾਈਮ ਆ, ਔਰ ਸਾਡਾ ਜੋ ਲੰਬਾ ਐਕਸਪੀਰੀਅੰਸ ਆ ਉਹ ਫੈਮਿਲੀ ਪੀਆਰ ਦੇ ਵਿੱਚ ਆ। ਸੋ ਜਿਹੜਾ ਬੱਚਾ ਅਸੀਂ ਇੱਥੋਂ ਸਟੂਡੈਂਟ ਭੇਜਦੇ ਆ ਤਾਂ ਉਹ ਟਿਲ ਉਹ ਪੀਆਰ ਤੱਕ ਉਹ ਫਾਈਲ ਸਾਡੇ ਕੋਲੇ ਰਨ ਹੁੰਦੀ ਆ। ਉਹਦੇ ਉਹਦੇ ਐਪੀਸੋਡ ਦੇ ਵਿੱਚ ਅਸੀਂ ਸਾਰਾ ਦੇਖਦੇ ਆ ਕਿ ਇੱਕ ਇੱਕ ਫੇਜ਼ ਆਉਂਦਾ ਜਦੋਂ ਉਹਨੇ ਆਪਣੇ ਪੇਰੈਂਟਸ ਦਾ ਵੀਜ਼ਾ ਲੈ ਕੇ ਦੇਣਾ ਹੁੰਦਾ, ਜਾਂ ਸਪਾਊਸ ਵਾਲੇ ਕੇਸਾਂ ਦੇ ਵਿੱਚ ਉਹਨਾਂ ਦੇ ਦੋਨੇ ਸਾਈਡ ਦੇ ਪੇਰੈਂਟਸ ਉੱਥੇ ਵਿਜ਼ਿਟ ਕਰਨੇ ਹੁੰਦੇ ਆ। ਸੋ ਰਹੀ ਗੱਲ ਕਿ ਪੇਰੈਂਟਸ ਦੇ ਵੀਜ਼ੇ ਦੀ ਕਦੋਂ ਤੇ ਕਿਵੇਂ ਤੇ ਕਿੱਦਾਂ ਕਰਨਾ ਚਾਹੀਦਾ, ਦੇਖੋ ਜਦੋਂ ਆਪਾਂ ਬੱਚੇ ਦਾ ਸਟੂਡੈਂਟ ਵੀਜ਼ਾ ਕਰ ਰਹੇ ਹੁੰਦੇ ਹਾਂ ਤਾਂ ਸਾਡੀ ਟੀਮ ਉਦੋਂ ਹੀ ਉਸ ਨੂੰ ਉਸ ਨਜ਼ਰੀਏ ਨਾਲ ਪ੍ਰਪੇਅਰ ਕਰਦੀ ਹੈ ਕਿ ਕੱਲ੍ਹ ਨੂੰ ਜੋ ਅੱਜ ਅਸੀਂ ਉਹਨਾਂ ਦੇ ਪੇਰੈਂਟਸ ਦੇ ਵਿੱਚ ਡਾਕੂਮੈਂਟ ਲਾ ਰਹੇ ਹਾਂ ਬੱਚੇ ਨੂੰ ਫਾਈਨੈਂਸ਼ੀਅਲ ਸਪੋਰਟ ਦੇ, ਇਹਨਾਂ ਇਹ ਪੇਪਰ ਕਿਤੇ ਨਾ ਕਿਤੇ ਉਹਨਾਂ ਦੇ ਵਿਜ਼ਟਰ ਵੀਜ਼ੇ 'ਚ ਵੀ ਕੰਮ ਕਰਨਗੇ ਜਦੋਂ ਉਹਨਾਂ ਦੀ ਫਾਈਲ ਪ੍ਰੋਸੀਡ ਹੋਣੀ ਆ। ਤਾਂ ਜਿਹੜੇ ਉਹਨਾਂ ਦੇ ਪੇਪਰ ਪ੍ਰਪੇਅਰੇਸ਼ਨ ਆ ਜਾਂ ਉਹਨਾਂ ਨੂੰ ਗਾਈਡੈਂਸ ਆ ਉਹ ਉਹਨਾਂ ਨੂੰ ਉਹਦੀ ਹੀ ਪ੍ਰੋਵਾਈਡ ਕਰ ਦਿੱਤੀ ਜਾਂਦੀ ਆ ਕਿ ਤੁਸੀਂ ਆਪਦੀ ਜੋ ਕੰਟੀਨਿਊ ਰਿਟਰਨਾਂ ਹੈਗੀਆਂ ਨੇ ਜਾਂ ਹੋਰ ਜਿਹੜੇ ਪੇਪਰ ਹੈਗੇ ਨੇ ਰਿਕਾਰਡ ਹੈਗੇ ਨੇ ਉਹਨੂੰ ਪ੍ਰੋਪਰ ਮੇਨਟੇਨ ਕਰਦੇ ਜਾਓ ਕਿ ਅੱਜ ਤੁਹਾਡੇ ਬੱਚੇ ਆ ਰਹੇ ਨੇ ਕੱਲ੍ਹ ਨੂੰ ਤੁਸੀਂ ਵੀ ਜਾਣਾ। ਸੋ ਡੈਟਸ ਬਾਏ ਜਿਹੜੇ ਜਿਹੜੇ ਸਾਡੇ ਵਾਲੇ ਕੇਸਾਂ ਦੇ ਵਿੱਚ ਉਹਨਾਂ ਦੇ ਪੇਰੈਂਟਸ ਦੇ ਵੀਜ਼ੇ ਆ ਉਹ ਜਦੋਂ ਵੀ ਵਿਲਿੰਗਨੈਸ ਦਿਖਾਉਂਦਾ ਬੱਚਾ ਦਿਖਾਉਂਦਾ ਪੇਰੈਂਟਸ ਦਿਖਾਉਂਦਾ ਅਸੀਂ ਉਸਨੂੰ ਇਮੀਡੀਏਟ ਪੁਟਅਪ ਕਰਨ ਲਈ ਫਾਈਲ ਸਾਡੇ ਕੋਲ ਰੇਡੀ ਪਈ ਹੁੰਦੀ ਹੈ ਤੇ ਅਸੀਂ ਪੁਟਅਪ ਕਰਦੇ ਹਾਂ ਤੇ ਉਹ ਆਪਣੇ ਜਿਹੜੇ ਪੇਰੈਂਟਸ ਆ ਉਹਨਾਂ ਨੂੰ ਕੈਨੇਡਾ ਦਿਖਾਉਣ ਦਾ ਸੁਪਨਾ ਜਾਂ ਪੇਰੈਂਟਸ ਦਾ ਕੈਨੇਡਾ ਦੇ ਵਿੱਚ ਬੱਚਿਆਂ ਨੂੰ ਜਾ ਕੇ ਮਿਲਣ ਦਾ ਸੁਪਨਾ ਦੋਨੇ ਉਹ ਸਾਕਾਰ ਕਰਦੇ ਨੇ, ਸਾਨੂੰ ਬਹੁਤ ਵਧੀਆ ਲੱਗਦਾ। ਸੋ ਮੇਰੀ ਮੈਂ ਇਹੀ ਕਹਾਂਗਾ ਬੱਚਿਆਂ ਨੂੰ ਕਿ ਜਦੋਂ ਤੁਸੀਂ ਆਪਦੀ ਫਾਈਲ ਪ੍ਰਪੇਅਰ ਕਰ ਰਹੇ ਹੁੰਦੇ ਆ ਤਾਂ ਉਦੋਂ ਇਕੱਲੇ ਆਪਦੀ ਫਾਈਲ ਤੱਕ ਫੋਕਸ ਨਾ ਰਹੋ, ਕਿਉਂਕਿ ਅਲਟੀਮੇਟ ਤੁਸੀਂ ਕਿਸੇ ਨਾ ਕਿਸੇ ਟਾਈਮ ਤੇ ਆਪਦੇ ਪੇਰੈਂਟਸ ਨੂੰ ਉੱਥੇ ਲੈ ਕੇ ਜਾਣਾ ਤੇ ਤੁਹਾਡੀ ਫਾਈਲ ਦੇ ਨਾਲ ਤੁਹਾਡੇ ਪੇਰੈਂਟਸ ਦੇ ਪੇਪਰ ਅਟੈਚ ਹੋ ਰਹੇ ਆ, ਸੋ ਉਹਦੀ ਹੀ ਉਸ ਤੇ ਧਿਆਨ ਦੇ ਲਿਆ ਜਾਵੇ। ਤਾਂ ਜਿਹੜਾ ਜਿਹੜਾ ਤੁਹਾਡਾ ਇਹ ਕੁਐਸਚਨ ਹੈ ਕਿ ਕਦੋਂ ਜਾਣਾ ਕਿੱਦਾਂ ਜਾਣਾ ਕਿਵੇਂ ਜਾਣਾ, ਤਾਂ ਇਹ ਉਸੇ ਟਾਈਮ ਤੋਂ ਅਡਰੈਸ ਹੋਣਾ ਸ਼ੁਰੂ ਹੋ ਜਾਂਦਾ ਹੈ। ਤੇ ਦੋਸਤੋ ਅਸੀਂ ਇਸ ਵੀਡੀਓ ਦੇ ਵਿੱਚ ਅਸੀਂ ਬਹੁਤ ਇੰਪੋਰਟੈਂਟ ਜਾਣਕਾਰੀ ਜਿਹੜੀ ਹੈ ਹਰਦੀਪ ਸਿੰਘ ਜੀ ਤੋਂ ਹਾਸਲ ਕੀਤੀ ਕਿ ਸਟੂਡੈਂਟਸ ਵੀਜ਼ਾ ਨੂੰ ਕਿੱਦਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਗੱਲ ਕੀਤੀ ਜੀ ਪੇਰੈਂਟਸ ਵੀਜ਼ਾ ਦੀ, ਸਪਾਊਸ ਵੀਜ਼ਾ ਦੀ। ਜੇਕਰ ਪੇਰੈਂਟਸ ਵੀਜ਼ਾ ਸਪਾਊਸ ਵੀਜ਼ਾ ਦੇ ਨਾਲ ਸੰਬੰਧਿਤ ਤੁਹਾਡਾ ਕੋਈ ਹੋਰ ਸਵਾਲ ਹੈਗਾ ਜਾਂ ਤੁਹਾਨੂੰ ਲੱਗਦਾ ਕਿ ਤੁਹਾਨੂੰ ਉਸ ਵਿਸ਼ੇ ਬਾਰੇ ਜਾਣਕਾਰੀ ਅਸੀਂ ਦੇਈਏ ਤਾਂ ਸਾਡੇ ਕਮੈਂਟ ਸੈਕਸ਼ਨ ਦੇ ਵਿੱਚ ਵੀ ਤੁਸੀਂ ਸਾਨੂੰ ਦੱਸ ਸਕਦੇ ਹੋ, ਅਸੀਂ ਉਸ ਉੱਪਰ ਅਗਲੀ ਵੀਡੀਓ ਬਣਾ ਕੇ ਤੁਹਾਡਾ ਉਹ ਸਮੱਸਿਆ ਵੀ ਤੁਹਾਡੀ ਜ਼ਰੂਰ ਹੱਲ ਕਰਾਂਗੇ। ਅਤੇ ਇੱਕ ਵਾਰੀ ਫਿਰ ਕਹੂੰਗੀ ਕਿ ਅਗਰ ਤੁਸੀਂ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਤੁਸੀਂ ਯੂਟਿਊਬ ਚੈਨਲ ਵਾਈਟ ਰੌਕ ਇਮੀਗ੍ਰੇਸ਼ਨ ਦਾ ਸਬਸਕ੍ਰਾਈਬ ਜ਼ਰੂਰ ਕਰੋ, ਬੈਲ ਆਈਕਨ ਦਬਾਉਣਾ ਨਾ ਭੁੱਲਣਾ, ਕਿਉਂਕਿ ਉਸ ਦੇ ਨਾਲ ਹੀ ਇੰਪੋਰਟੈਂਟ ਇਨਫੋਰਮੇਸ਼ਨ ਜਿਹੜੀ ਹੈਗੀ ਹੈ ਤੁਹਾਨੂੰ ਕੈਨੇਡਾ ਵੀਜ਼ਾਸ ਦੇ ਨਾਲ ਸੰਬੰਧਿਤ ਸਮੇਂ-ਸਮੇਂ ਤੇ ਜਿਹੜੀ ਹੈ ਮਿਲਦੀ ਰਹੇਗੀ। ਤੁਸੀਂ ਇੰਸਟਾਗ੍ਰਾਮ ਦੇ ਉੱਪਰ ਵੀ ਵਾਈਟ ਰੌਕ ਇਮੀਗ੍ਰੇਸ਼ਨ ਨੂੰ ਫੋਲੋ ਕਰ ਸਕਦੇ ਹੋ। ਅਤੇ ਇੰਨੀ ਵਧੀਆ ਜਾਣਕਾਰੀ ਦੇਣ ਲਈ ਹਰਦੀਪ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਧੰਨਵਾਦ ਤੁਹਾਡਾ ਜੀ ਮਨਦੀਪ ਜੀ, ਔਰ ਮੈਂ ਕਹਾਂਗਾ ਉਹ ਸਾਡੇ ਸਰੋਤਿਆਂ ਦਾ, ਉਹ ਕਲਾਇੰਟ ਦਾ ਜਿਹੜੇ ਸਾਨੂੰ ਸੁਣਦੇ ਨੇ ਔਰ ਸਬਸਕ੍ਰਾਈਬ ਕੀਤਾ ਹੋਇਆ ਤੇ ਕੰਟੀਨਿਊਟੀ ਦੇ ਵਿੱਚ ਆਪਦੇ ਕੁਐਸਚਨ ਪੁੱਛਦੇ ਰਹਿੰਦੇ ਨੇ ਤੇ ਆਪਦੇ ਔਰ ਜਾਂ ਆਪਦੇ ਫਰੈਂਡ ਦੇ ਜਾਂ ਆਪਦੇ ਫੈਮਿਲੀ ਰਿਲੇਟਿਵ ਦੇ ਉਹਨਾਂ ਦੇ ਜਿਹੜੇ ਕੁਐਸਚਨ ਹੁੰਦੇ ਆ ਉਹਨਾਂ ਨੂੰ ਉਹ ਸੋਲੂਸ਼ਨ ਲਈ ਸਾਡੇ ਨਾਲ ਸਾਂਝ ਕਰਦੇ ਰਹਿੰਦੇ ਨੇ। ਸੋ ਮੇਰੇ ਵੱਲੋਂ ਸਾਰੇ ਹੀ ਸਰੋਤਿਆਂ ਨੂੰ ਥੈਂਕ ਯੂ, ਸਤਿ ਸ਼੍ਰੀ ਅਕਾਲ।